ਤਸਵੀਰਾਂ ਉਸ ਭਿਆਨਕ ਹਾਦਸੇ ਦੀਆਂ ਨੇ ਜਿੱਥੇ ਚੱਲਦੀ ਬੱਸ ਦੇ ਹੇਠਾਂ ਇੱਕ ਸਕੂਟਰ ਆ ਵੜਿਆ, ਜਿਸ ਤੇ ਸਵਾਰ 25 ਸਾਲਾ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਤੇ ਬੜੀ ਜੱਦੋ-ਜਹਿਦ ਦੇ ਬਾਅਦ ਲੋਕਾਂ ਦੇ ਵੱਲੋਂ ਬੱਸ ਦੇ ਹੇਠੋਂ ਉਸ ਨੌਜਵਾਨ ਨੂੰ ਬਾਹਰ ਕੱਢਿਆ ਗਿਆ, ਹਸਪਤਾਲ ਲਿਜਾਇਆ ਗਿਆ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਤਸਵੀਰਾਂ 'ਚ ਦੇਖੋ ਕਿ ਆਖਿਰ ਸਕੂਟਰ ਦਾ ਕੀ ਹਾਲ ਹੋਇਆ, ਕਿਵੇਂ ਇੱਥੇ ਲੋਕ ਜੱਦੋ-ਜਹਿਦ ਕਰ ਰਹੇ ਨੇ ਤੇ ਬੜੀ ਮੁਸ਼ਕਲ ਦੇ ਨਾਲ ਇਸ ਚਕਨਾਚੂਰ ਹੋਏ ਸਕੂਟਰ ਨੂੰ ਇਸ ਬੱਸ ਦੇ ਹੇਠੋਂ ਬਾਹਰ ਕੱਢਿਆ ਗਿਆ, ਜਿਸ ਨੂੰ ਦੇਖ ਕੇ ਅੰਦਾਜ਼ਾ ਲੱਗ ਰਿਹਾ ਹੈ ਕਿ ਇੱਥੇ ਸਵਾਰ ਨੌਜਵਾਨ ਦਾ ਕੀ ਹਸ਼ਰ ਹੋਇਆ ਹੋਵੇਗਾ। ਮ੍ਰਿਤਕ ਦੀ ਪਛਾਣ 25 ਸਾਲਾ ਨੌਜਵਾਨ ਲਵਪ੍ਰੀਤ ਸਿੰਘ ਉਰਫ ਲਵਲੀ ਵਜੋਂ ਹੋਈ ਹੈ, ਜੋ ਕਿ ਪਿੰਡ ਢਿਲਵਾਂ ਕਲਾਂ ਦਾ ਰਹਿਣ ਵਾਲਾ ਸੀ। ਦੱਸਿਆ ਜਾ ਰਿਹਾ ਹੈ ਕਿ ਪੌਂਟਾ ਸਾਹਿਬ ਤੋਂ ਫਰੀਦਕੋਟ ਜਾ ਰਹੀ ਇਹ ਬੱਸ ਜਦੋਂ ਬਠਿੰਡਾ ਰੋਡ ਤੇ ਬਾਈਪਾਸ ਨੇੜੇ ਸਰਵਿਸ ਸਟੇਸ਼ਨ ਦੇ ਕੋਲ ਪਹੁੰਚੀ ਤਾਂ ਇਸੇ ਦੌਰਾਨ ਹੀ ਇਸ ਸਕੂਟਰ ਸਾਹਮਣੇ ਆਉਂਦਾ ਇਸ ਬੱਸ ਦੇ ਹੇਠਾਂ ਵੜ ਗਿਆ। ਵੱਡਾ ਹਾਦਸਾ ਹੋਇਆ, ਜਿਸ ਕਰਕੇ ਇਸ ਸਕੂਟਰ ਸਣੇ ਨੌਜਵਾਨ ਵੀ ਬੱਸ ਦੇ ਹੇਠਾਂ ਦਰੜਿਆ ਗਿਆ, ਇਸ ਕਦਰ ਅੰਦਰ ਫਸ ਗਿਆ ਕਿ ਲੋਕਾਂ ਨੂੰ ਜੱਦੋ-ਜਹਿਦ ਕਰਨੀ ਪਈ ਉਸ ਸ਼ਖਸ ਨੂੰ ਬਾਹਰ ਕੱਢਣ ਦੇ ਲਈ, ਅਤੇ ਜਦੋਂ ਹਸਪਤਾਲ ਲਿਜਾਇਆ ਗਿਆ ਤੇ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ। ਉਧਰ ਸਕੂਟਰ ਦੀ ਹਾਲਤ ਵੀ ਦੇਖੋ ਕਿ ਕਿੰਨੀ ਮੁਸ਼ਕਲ ਦੇ ਨਾਲ ਬੱਸ ਦੇ ਹੇਠੋਂ ਇਸ ਨੂੰ ਕੱਢਿਆ ਗਿਆ ਹੈ, ਚਕਨਾ ਚੂਰ ਹੋ ਗਿਆ ਹੈ ਸਕੂਟਰ ਦਾ, ਕੁਛ ਨਹੀਂ ਬਚਿਆ। ਉਧਰ ਮਾਪਿਆਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਕਿ ਉਹਨਾਂ ਦਾ ਜਵਾਨ ਪੁੱਤ ਹਾਦਸੇ ਵਿੱਚ ਜਿਸਦੀ ਜਾਨ ਚਲੀ ਗਈ ਹੈ, ਇਹ ਦੁੱਖ ਇਹਨਾਂ ਮਾਪਿਆਂ ਤੋਂ ਸਹਾਰ ਨਹੀਂ ਹੋ ਰਿਹਾ। ਫਿਲਹਾਲ ਪੁਲਿਸ ਦੇ ਵੱਲੋਂ ਬੱਸ ਕਬਜ਼ੇ 'ਚ ਲੈ ਲਈ ਗਈ ਹੈ ਅਤੇ ਅੱਗੇ ਦੀ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ। ਹੁਣ ਤੋਂ 5 ਮਿੰਟ ਪਹਿਲਾਂ ਫੋਨ ਗਿਆ ਸੀ ਜੀ ਕੋਟਕਪੂਰੇ, ਪੌਂਟਾ ਸਾਹਿਬ ਤੋਂ ਫਰੀਦਕੋਟ ਨੂੰ ਬੱਸ ਆ ਰਹੀ ਸੀ, ਡਰਾਈਵਰ ਬਲਜੀਤ ਸਿੰਘ ਸੀ। ਇਹ ਕੋਟਕਪੂਰਾ ਸਰਵਿਸ ਸਟੇਸ਼ਨ ਬਾਈਪਾਸ ਦੇ ਕੋਲ ਜੇ ਨਜ਼ਦੀਕ ਐਕਸੀਡੈਂਟ ਹੋਇਆ ਅਤੇ ਜਿਹੜਾ ਸਕੂਟਰੀ ਡਰਾਈਵਰ ਸੀ ਲਵਲੀ ਆ, ਇੱਥੇ ਨਾਲ ਹੀ ਪਿੰਡ ਆ ਢਿਲਵਾਂ ਕਲਾਂ ਦਾ, ਉਹਨੂੰ ਹਸਪਤਾਲ ਪਹੁੰਚਾਇਆ ਗਿਆ। ਅੱਗੇ ਜੋ ਵੀ ਬਣਦੀ ਕਾਰਵਾਈ ਜਿਵੇਂ ਵੀ ਹੋਇਆ ਉਵੇਂ ਕਰਕੇ ਕਾਰਵਾਈ ਹੁਣ ਚੱਲਣ ਦੀ। ਮੇਰਾ ਨਾਮ ਡਾਕਟਰ ਹਿਤੇਸ਼ ਮੰਗਲ। ਹਾਂਜੀ, ਸਾਡੇ ਕੋਲ ਤਕਰੀਬਨ 5:40 ਤੇ ਆਇਆ ਸੀਗਾ ਜੀ ਪੇਸ਼ੈਂਟ, ਐਕਸੀਡੈਂਟ ਦੱਸ ਰਹੇ ਇਹ ਤੌੜਾ ਸਰਵਿਸ ਸਟੇਸ਼ਨ ਦੇ ਨੇੜੇ ਹੋਇਆ ਤੇ ਆਇਆ ਸੀਗਾ, ਤੇ ਵੈਸੇ ਕੋਈ ਉਹਦੀ ਪਲਸ ਨਹੀਂ ਸੀ, ਕੋਈ ਬਰੀਥਿੰਗ ਮੂਵਮੈਂਟ ਨਹੀਂ ਸੀਗੀ, ਪਿਪਲਸ ਡਾਇਲੇਟਡ ਸੀ। ਐਗਜ਼ਾਮੀਨੇਸ਼ਨ ਕੀਤਾ ਤੇ ECG ਕੀਤੀ, ਸਟ੍ਰੇਟ ਲਾਈਨ ਸੀ ਤੇ ਬਰੋਡ ਡੈਡ ਡਿਕਲੇਅਰ ਕਰਤਾ ਉਹਨੇ। ਹੁਣ ਉਹਦੀ ਬੋਡੀ ਅਸੀਂ ਮਾਰਚਰੀ ਸ਼ਿਫਟ ਕਰਤੀ ਹੈ, ਪੁਲਿਸ ਨੂੰ ਇਨਫੋਰਮੇਸ਼ਨ ਭੇਜਦੀ ਹੈ। ਇਹ 25 ਸਾਲਾਂ ਦਾ ਮੁੰਡਾ ਸੀਗਾ, ਜਵਾਨ ਮੁੰਡਾ ਸੀ ਤੇ ਬੱਸ ਥੱਲੇ, ਕਹਿੰਦੇ ਬੱਸ ਥੱਲੇ ਆ ਗਿਆ। ਕੀ ਪਤਾ ਲੱਗਿਆ ਕਿੱਥੋਂ ਮੁੰਡਾ ਰਹਿਣਾ? ਢਿਲਵਾਂ ਕਲਾਂ ਦਾ ਮੁੰਡਾ ਸੀ।